ਪਰ ਚੰਡੀਗੜ੍ਹ ਫਸਟ ਓਨਰ ਹੈ, ਦੋਨੇ ਚਾਬੀਆਂ, ਦੂਜੀ ਚਾਬੀ ਹਾਲੇ ਤੱਕ ਯੂਜ ਵੀ ਨਹੀਂ ਹੋਈ। ਚੱਕ ਲਓ ਫੋਨ ਬਾਈ, ਜੇ ਕਿਸੇ ਨੇ 3,95,000 ਦੁਬਾਰਾ ਫੇਰ ਆਪਾਂ ਦੁਬਾਰਾ ਪੁੱਛ ਰਹੇ ਨਾ, ਆਹ ਕਾਰ ਕਿਹਨੇ ਕਿਹਨੇ ਚਲਾਈ ਆ ਤੇ ਕਿਹਦੇ ਕਿਹਦੇ ਲਵੇ ਹੈਗੀ ਆ, ਕਮੈਂਟ ਕਰਕੇ ਦੱਸਿਓ ਬਾਈ, ਹੈਨਾ। ਤੇ ਮੈਂ ਕਮੈਂਟ ਪੜ੍ਹੇ ਸੀ, ਕਈਆਂ ਦਾ ਵਿਆਹ ਵੀ ਇਹ ਕਾਰ ਗਈ ਹੋਈ ਹੈ। ਯਾਰ ਦੇਖੋ ਜੀ, ਆਪਣੀ ਇੱਕ ਹੋਰ ਵੀ ਹੈ, 9-10 ਮਾਡਲ ਕਾਰਾਂ ਵੀ ਵਧੀਆ ਆਪਣੇ, ਵੀ ਫਰੰਟ ਸੀਸਾ ਤੱਕ ਵੀ ਨਾਲ ਦਾ ਹੁੰਦਾ। ਇਹਦਾ ਫਰੰਟ ਸੀਸਾ ਨਾਲ ਦਾ ਹੀ ਜੀ, 9 ਦਾ ਜੀ, 2009 ਮਾਡਲ, 9 ਦਾ ਹੀ ਸੀਸਾ ਨਾਲ ਦਾ ਜੀ। 2011 ਮਾਡਲ ਫਸਟ ਓਨਰ ਕਾਰ ਆ ਬਾਈ, ਸਿਰਫ 85,000 ਰੁਪਏ ਚ ਮਿਲ ਜੂਗੀ ਤੁਹਾਨੂੰ। 11 ਮਾਡਲ ਆਲਟੋ ਜੀ, ਦੋ ਦੇ ਨੇੜੇ ਮਿਲਦੀ ਹੈ ਜਾਗੀ। ਲਓ ਜੀ ਮਿੱਤਰੋ, ਮੋਹਾਲੀ ਖੜੇ ਆਪਾਂ 77 ਸੈਕਟਰ ਦੇ ਵਿੱਚ ਟਰਾਈ ਸਿਟੀ ਕਾਰ ਦੇ ਉੱਤੇ। ਜੇ ਕਿਸੇ ਭਰਾ ਨੇ ਕੋਈ ਕਾਰ ਲੈਣੀ ਆ ਬਾਈ, ਹੁਣ ਐਂਡ ਤੱਕ ਵੀਡੀਓ ਦੇਖਿਓ, ਬਹੁਤ ਘੈਂਟ ਘੈਂਟ ਕਾਰਾਂ ਦੇਵਾਂਗੇ ਤੁਹਾਨੂੰ ਬਾਈ ਆਪਾਂ, ਹੈ ਨਾ। ਇੱਧਰ ਵੀ ਕਾਰਾਂ ਖੜੀਆਂ ਨੇ ਅਤੇ ਉੱਧਰ ਵੀ ਕਾਰਾਂ ਖੜੀਆਂ ਨੇ, ਠੀਕ ਹੈ ਬਾਈ। 30-35 ਕਾਰਾਂ ਆਪਾਂ ਤੁਹਾਨੂੰ ਦੇਵਾਂਗੇ, ਜੇ ਕਿਸੇ ਭਰਾ ਨੇ ਕੋਈ ਕਾਰ ਲੈਣੀ ਹੈ ਤਾਂ ਵਿਜ਼ਿਟ ਵੀ ਕਰ ਲਿਓ, ਅਤੇ ਕਿਹੜਾ ਭਰਾ ਕਾਰ ਲੈ ਕੇ ਗਿਆ ਕਮੈਂਟ ਕਰਕੇ ਦੱਸਿਓ ਬਾਈ ਆਪਣੇ ਨਾਲ ਆ ਬਾਈ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ। ਸਵਾਦ ਹੈ ਵੀਰੇ ਪੇ ਦੇ ਉੱਪਰ, ਹੈ ਨਾ? ਵਧੀਆ ਜੀ, ਵਧੀਆ ਵੀਰੇ, ਸਤਿ ਸ਼੍ਰੀ ਅਕਾਲ। ਰਿਸਪੌਂਸ ਸਹੀ ਹੈ ਵੀਰੇ ਪਹਿਲਾਂ? ਸਹੀ ਵੀਰੇ, ਸਹੀ, ਠੀਕ ਹੈ ਹਾਂਜੀ। ਪਰ ਫੋਲੋ ਨਹੀਂ ਕਰ ਰਹੇ, ਫੋਲੋ ਵੀ ਦਿੰਦੇ, ਇਹ ਲਾਂਭਾ ਬਹੁਤ ਮੰਡਲ ਬਾਈ। ਫੋਲੋ ਕਰ ਲਿਆ ਕਰੋ ਯਾਰ, ਹਨਾ, ਪੇਜ ਨੂੰ, ਤੇ ਸਬਸਕ੍ਰਾਈਬ ਜਿਹੜਾ ਕੁਛ ਤੁਹਾਨੂੰ ਆਉਂਦਾ ਕਰ ਲਓ ਮੇਰਾ ਭਰਾ। ਹਾਂਜੀ ਹਾਂ। ਤੇ ਬਾਈ ਕਿਹੋ ਜਿਹੇ ਕਾਰਾਂ ਹੁੰਦੀਆਂ ਨੇ ਆਪਣੇ ਲਵੇ, ਕਾਗਜ਼ ਪੱਤਰਾਂ ਦੀ ਤੇ ਬਾਕੀ ਜਿਹੜੀ ਆਲ ਓਵਰ? ਵੀਰੇ ਕਾਰਾਂ ਦੀ ਦੇਖੋ ਜੀ, ਆਪਣੀ ਪੂਰੀ ਤਸੱਲੀ ਹੁੰਦੀ ਆ ਕਾਰਾਂ ਦੀ। ਪੇਪਰਾਂ ਦੀ ਤਾਂ ਮੈਨੂੰ ਆਪੇ ਪਹਿਲਾਂ ਹੀ ਸਿਰਦਰਦੀ ਹੁੰਦੀ ਵੀ ਅਗਲੇ ਦੇ ਨਾਲ ਟ੍ਰਾਂਸਫਰ ਕਰਾ ਕੇ ਦੇਣੀ ਹੈ ਜੀ। ਠੀਕ ਹੈ ਵੀਰੇ, ਠੀਕ ਹੈ ਜੀ। ਸੋਰਸ ਪੇਪਰ ਕਾਰ ਦੇ ਪੂਰੇ ਆਪਾਂ ਟ੍ਰਾਂਸਫਰ ਕਰਾਉਣੇ ਤੱਕ ਹੀ ਪੂਰੀ ਜ਼ਿੰਮੇਵਾਰੀ ਹੁੰਦੀ ਸਾਡੀ ਕਾਰ ਦੀ ਜੀ। ਠੀਕ ਹੈ ਬਾਈ, ਹਾਂਜੀ। ਬਾਕੀ ਕਾਰ ਦੇ ਇੰਜਣ 'ਤੇ ਲਾ ਲਓ, ਕੋਈ ਕਾਰ 'ਚ ਐਕਸੀਡੈਂਟ ਦਾ, ਉਹ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਵੀਰ ਜੀ। ਠੀਕ ਹੈ, ਹਾਂਜੀ। ਇੰਜਣ ਕੇਰ ਕੇ ਕਾਰ ਵਧੀਆ ਦਿੰਦੇ ਆ, ਕੋਈ ਮਾੜੀ ਆਪਾਂ ਚੀਜ਼ ਵੀਰੇ ਵੇਚਣੀ ਨਹੀਂ, ਆਪਣਾ ਅਸੂਲ ਹੈ ਬਸ ਜ਼ਿੰਦਗੀ ਆ ਜੀ, ਮਾੜਾ ਕੰਮ ਕਰਨਾ ਨਾ ਵੇਚਣੀ ਹੈ ਮਾੜੀ। ਆਪਣੀ ਲੋਕੇਸ਼ਨ ਵੀਰੇ ਕੀ ਹੈ? ਲੋਕੇਸ਼ਨ ਵੀਰੇ ਆਪਣੀ ਮੋਹਾਲੀ ਆ, ਸੈਕਟਰ 77 ਹੈ ਜੀ। ਪਰ ਲੋਕੇਸ਼ਨ ਦੀ ਟਰਾਈ ਸਿਟੀ ਕਾਰ ਬਾਜ਼ਾਰ ਲਾਓ ਜੀ, ਲੋਕੇਸ਼ਨ 'ਤੇ ਸਿੱਧਾ ਸੈਕਟਰ 77 ਇੱਥੇ ਆਊਗੀ। ਠੀਕ ਹੈ, ਹਾਂਜੀ। ਪਹਿਲੀ ਕਾਰ ਵੀਰੇ? ਪਹਿਲੀ ਕਾਰ ਵੀਰੇ i20 ਆ, 2013 ਮਾਡਲ ਜੀ, ਮੈਗਨਾ ਮਾਡਲ ਹੈ ਜੀ। ਲਓ ਬਾਈ, ਲੁਧਿਆਣੇ ਵਾਲਿਓ, ਪਹਿਲੀ ਕਾਰ ਤੁਹਾਡੇ ਵਾਸਤੇ ਜੇ ਤੁਹਾਨੂੰ ਲੈਣੀ ਹੈ ਇਹ ਕਾਰ। ਓਕੇ, ਕੰਡੀਸ਼ਨ? ਕੰਡੀਸ਼ਨ ਵੀਰੇ ਵਧੀਆ ਜੀ। ਠੀਕ ਹੈ, ਹਾਂਜੀ। ਲਓ ਬਾਈ, ਕਾਰ ਚੈੱਕ ਕਰੋ ਵੀ, ਮੈਗਨਾ ਦੀ ਕਾਰ ਹੈ ਨਾ ਬਾਈ, ਅਤੇ ਅੰਦਰੋਂ ਦਿਖਾ ਕਰੋ ਪਲੀਜ਼। ਅੰਦਰੋਂ ਤਾਂ ਬਾਈ ਪੂਰੀਆਂ ਸਕਰੈਚ ਲੈਸ ਇੰਟੀਰੀਅਰ ਦੀ ਕਾਰ ਹੈ, ਜੇ ਕਿਸੇ ਭਰਾ ਨੇ ਕਾਰ ਇਹ ਲੈਣੀ ਹੈ ਬਾਈ ਤਾਂ ਤੁਸੀਂ ਕਾਲ ਕਰ ਲਿਓ। ਚੰਗੀ, ਪੂਰੀ ਚੰਗੀ ਕਾਰ ਆ ਬਾਈ, ਹਨਾ, ਜੇ ਕਿਸੇ ਨੇ ਕਾਰ ਜੀ। ਮੈਗਨਾ ਮਾਡਲ ਹੈ ਕਾਰ ਜੀ, 6 ਸਪੀਡ ਹੈ ਜੀ। ਅੱਛਾ, ਓਨਰ ਦੀ ਗੱਲ ਕਰੀ ਵੀਰੇ? ਓਨਰ ਵੀਰੇ ਸੈਕਿੰਡ ਹੈ ਜੀ, ਸੈਕਿੰਡ ਸੈਕਿੰਡ ਓਨਰ ਹੈ। ਠੀਕ ਹੈ ਵੀਰੇ, ਲਓ ਜੀ ਬਾਈ, ਬਹੁਤ ਘੈਂਟ ਕਾਰ ਆ ਬਾਈ, ਹਨਾ, ਸੈਕਿੰਡ ਓਨਰ ਕਾਰ। ਸੋਰਸ ਪੇਪਰ ਪੂਰੇ ਆ ਕਾਰ ਦੇ ਜੀ, ਡੀਜ਼ਲ ਦੀ ਕਾਰ ਹੈ ਜੀ। ਰੇਟ? ਹਾਂਜੀ, ਰੇਟ ਵੀਰੇ ਦੇਣ ਵਾਲਾ ਰੇਟ ਹੈ ਜੀ, 2,90,000 ਦੀ ਕਾਰ ਦੇ ਦੇਂਗੇ। 2,90,000? 2,90,000। ਠੀਕ ਹੈ ਵੀਰੇ। ਲਓ ਜੀ ਮਿੱਤਰੋ, 2,90,000 ਚ 13 ਮਾਡਲ ਬਾਈ। ਹਾਂਜੀ, ਆਹ ਵੀਰੇ, ਇਹ ਵੀਰੇ ਫਿਗੋ ਹੈ ਜੀ, ਆਹ ਵੀ 13 ਮਾਡਲ ਹੈ ਜੀ। ਅੱਛਾ, ਹਾਂਜੀ, 13 ਮਾਡਲ ਕਾਰ ਹੈ ਜੀ, ਫਸਟ ਓਨਰ ਕਾਰ ਹੈ ਜੀ। ਅੰਦਰੋਂ ਦਿਖਾ ਦੇ ਗੁਰਪ੍ਰੀਤ ਕਾਰ ਨੂੰ। ਡੀਜ਼ਲ ਦੀ ਕਾਰ ਹੈ ਜੀ। 3 ਕਾਰਾਂ ਨੇ ਬਈ ਅੱਜ ਆਪਣੇ ਲਵੇ, ਹਨਾ, ਫਿਗੋ 3 ਹੈ, ਵਧੀਆ ਫਿਗੋ ਆ ਜੀ, ਕੋਈ ਨਹੀਂ ਹੈ। ਹਾਂਜੀ, ਵਧੀਆ ਕਾਰ ਆ ਜੀ। ਕਰੇ ਆ ਕੇ ਕੋਈ ਦਿੱਕਤ ਤਾਂ ਨਹੀਂ? ਕੋਈ ਦਿੱਕਤ ਨਹੀਂ ਵੀਰੇ, ਡੀਜ਼ਲ ਪਾਣਾ ਚਲਾਣੀ ਹੈ ਕਾਰ ਸਿਰਫ ਜੀ। ਠੀਕ ਹੈ ਵੀਰੇ, ਲਓ ਜੀ ਬਈ, ਅੰਦਰੋਂ ਚੈੱਕ ਕਰੋ ਵੀ, ਅੰਦਰੋਂ ਤਾਂ ਬਿਲਕੁਲ ਨਵੀਂ ਨਕੋਰ ਕਾਰ ਆ ਬਈ, ਉਹ ਸੋਹਣੀ ਕਾਰ ਆ ਯਾਰ, ਹਨਾ। ਤੇ 13 ਮਾਡਲ ਓਨਰ ਵੀਰੇ? ਓਨਰ ਵੀਰੇ ਫਸਟ ਹੈ, ਮੋਹਾਲੀ ਦਾ ਨੰਬਰ ਹੈ ਜੀ। ਓਕੇ, ਇੱਥੋਂ ਹੀ ਕਾਰ ਟ੍ਰਾਂਸਫਰ ਹੋ ਕੇ ਤੁਰੂਗੀ, ਨਾ ਹੋ ਕੇ ਜੀ। ਠੀਕ ਹੈ, ਹਾਂਜੀ, ਮੋਹਾਲੀ ਦਾ ਨੰਬਰ ਹੈ ਜੀ ਇੱਥੇ। ਰੇਟ ਵੀਰੇ ਇਹਦਾ ਦੇਣ ਵਾਲਾ ਰੇਟ ਹੈ, 13 ਮਾਡਲ ਹੈ, ਫਸਟ ਓਨਰ ਹੈ, ਫੁੱਲ ਇੰਸ਼ੋਰੈਂਸ ਪਈ ਹੈ ਕਾਰ ਦੀ ਜੀ, ਜੈਨੂਨ ਕਾਰ ਚਲੀ ਵੀ ਹੈ ਜੀ। ਗੱਡੀ ਸੀ, ਕੋਈ ਪੀਸ ਪੇਂਟ ਨਹੀਂ ਹੈ ਕਾਰ ਦਾ ਜੀ, ਇੱਕ ਬੰਪਰ ਨੂੰ ਛੱਡ ਗਈ ਜੀ, ਸਾਰੀ ਗੱਡੀ ਕਾਰ ਜੈਨੂਨ ਪਈ ਹੈ ਜੀ। ਹਾਂਜੀ, ਦੋਨੇ ਚਾਬੀਆਂ ਕਾਰ ਦੀਆਂ ਜੀ ਵੀਰੇ। ਇਹਦਾ ਰੇਟ ਲਾਸਟ ਦੇਣੇ ਆ 2,20,000 ਜੀ।
ਸੀਟ ਕਵਰ ਵਗੈਰਾ ਅੰਦਰ ਸਭ ਕੁਛ ਵਧੀਆ ਕਰਦਾ ਜੀ, ਗੇਅਰ ਵਧੀਆ ਕਰਦਾ ਜੀ। ਓਕੇ ਹਾਂਜੀ, ਲਓ ਬਾਈ ਚੈੱਕ ਕਰੋ ਬਾਈ, ਅੰਦਰੋਂ ਕਾਰ ਇਹ ਵੀ ਬਹੁਤ ਸੋਹਣੀ ਕਾਰ ਆ ਬਾਈ। ਉਰੋ ਬਾਈ ਸਾਰੀਆਂ ਕਾਰਾਂ ਬਹੁਤ ਸੋਹਣੀਆਂ ਮਿਲ ਜਾਣਗੀਆਂ ਤੁਹਾਨੂੰ ਵੀਰੇ। ਮਾਹਲੀ ਚੰਡੀਗੜ੍ਹ 'ਚ ਟ੍ਰਾਈ ਸਿਟੀ ਸ਼ਹਿਰ ਹੀ ਲੋਕਲ ਕਾਰ ਚੱਲਦੀ ਹੈ, ਅਗਲਾ ਘਰ ਤੋਂ ਡਿਊਟੀ ਬਸ ਇੰਨੀ ਕਾਰ ਚੱਲਦੀ ਹੈ ਜੀ। ਤੂੰ ਵੀ ਜਾਣਾ ਫਿਰ ਵੀ ਸਾਰੇ ਰੋਡ ਵਧੀਆ, ਬਿਲਕੁਲ ਵੀ ਰੋਡ ਵਧੀਆ ਇੱਥੇ ਜੀ, ਨਾਲ ਗੱਡੀ ਜ਼ਿਆਦਾ ਭਜਾ ਸਕਦੇ ਅਤੇ ਕਿਲੋਮੀਟਰ ਬਾਅਦ ਲੈਟ ਹੈ ਜੀ। ਠੀਕ ਹੈ ਜੀ, ਕਿੰਨਾ ਰੇਟ ਹੈ ਇਹ ਵੀਰੇ? ਲਾਸਟ 2 ਲੱਖ ਰੁਪਏ ਦੀ ਕਾਰ ਮਿਲ ਜਾਏਗੀ। 2 ਲੱਖ? ਹਾਂਜੀ ਠੀਕ ਹੈ, ਲਓ ਮਿੱਤਰੋ 2 ਲੱਖ ਰੁਪਏ ਫਸਟ ਓਨਰ ਹੈ ਜੀ, ਲਾਏ ਦੇ ਪਾਏ ਹੋਏ ਨੇ। ਹਾਂਜੀ, ਦੋਨੇ ਚਾਬੀਆਂ ਕਾਰ ਦੀਆਂ ਜੀ। ਅਗਲੀ ਫੇਰ ਆ ਗਈ ਚੰਡੀਗੜ੍ਹ ਨੰਬਰ। ਹਾਂਜੀ, ਇਹ ਵੀ 12 ਮਾਡਲ ਹੈ ਜੀ। ਹਾਂਜੀ, ਵੀ ਕਾਰ ਵਧੀਆ, ਲਾਏ ਟਾਇਰ ਲੱਗੇ ਹੋਏ, ਟਾਇਰ ਨਵੇਂ ਆ, ਕਾਰ ਨੂੰ ਇੰਸ਼ੋਰੈਂਸ ਪੇਪਰ ਪੂਰੇ ਆ ਕਾਰ ਦੇ। ਠੀਕ ਹੈ ਵੀਰੇ। ਹਾਂਜੀ, ਲਓ ਜੀ ਬਾਈ ਚੈੱਕ ਕਰੋ ਕਾਰ ਨੂੰ, ਤੇ ਟੱਚ ਪਲੇਅਰ ਕਾਰ 'ਚ ਲੱਗਿਆ ਹੋਇਆ ਬਾਈ, ਬਹੁਤ ਸੋਹਣੀ ਕਾਰ ਹੈ। ਕੈਮਰਾ ਲੱਗਿਆ ਵਾ ਜੀ, ਸੀਟ ਕਵਰ ਵਧੀਆ ਪੇ ਵੇ ਕਾਰ ਨੂੰ ਜੀ। ਮੈਂ ਲੱਭਦਾ ਰਹਿਆ ਨਾ ਕਮੀ, ਕਿਤੇ ਲੱਭ ਜੇ ਕੋਈ ਮਾੜੀ, ਕਮੀ ਲੱਭ ਨਹੀਂ ਸਕਦੇ ਜੀ, ਕਮੀ ਨਹੀਂ ਹੈ ਜੀ ਕਾਰ 'ਚ, ਕਮੀ ਜੇ ਹੋਊਗੀ ਤਾਂ ਹੀ ਬਹੁਤ ਸੋਹਣੀ ਸਨੱਕੀ ਕਾਰ ਆ ਬਾਈ, ਜੇ ਕਿਸੇ ਨੇ ਕਾਰ ਲੈਣੀ ਹੈ ਹਨਾ, ਏਅਰ ਬੈਗ ਵੀ ਮਿਲਦੇ ਨੇ ਇਸ ਕਾਰ 'ਚ ਆਪਾਂ ਨੂੰ, ਅਤੇ ਬਾਕੀ ਸਪੇਸ ਵਗੈਰਾ ਦਾ ਕਾਰ ਤਾਂ ਸੋਹਣੀ ਹੁੰਦੀ ਹੈ ਬਾਈ। ਹਾਂਜੀ, ਇਹ 16 ਮਾਡਲ ਓਨਰ ਵੀਰੇ? ਓਨਰ ਵੀਰੇ ਫਸਟ ਜੀ, ਆਪਾਂ ਵੀਰੇ ਫਸਟ ਆਰ ਸੈਕਿੰਡ, ਸੈਕਿੰਡ ਵੀ ਕੋਈ ਕੋਈ ਹੈ ਤਕਰੀਬਨ, ਆਪਾਂ ਤਾਂ ਤੁਸੀਂ ਵੀਡੀਓ ਕਰਦੇ ਜੀ, ਫਸਟ ਓਨਰ ਇਹ ਕਾਰ ਆਉਂਦੀ ਆਪਾਂ। ਠੀਕ ਹੈ ਜੀ, ਹਾਂਜੀ, ਜਿਹੜੀ ਥਰਡ 'ਤੇ ਜਾਂਦੀ ਹੈ ਫਿਰ ਉਹਦਾ ਰੇਟ ਵੀ ਵੀਰੇ ਥਰਡ 'ਚ, ਫਿਰ ਕਈ ਇੱਕ ਚਲਾ ਲਈ, 2-3 ਬੰਦਿਆਂ ਚਲਾ ਲਈ, ਫਿਰ ਕਾਰ 'ਚ ਵੀਰੇ ਰਹਿ ਵੀ ਕਿਹਾ ਜਾਂਦਾ ਜੀ, ਪੈਟਰੋਲ ਦੀ ਤਾਂ ਚੱਲ ਮੰਨ ਜਾਂਦੇ, ਫਸਟ ਓਨਰ ਇੱਕ ਬਾਈ ਇੱਕ ਹੱਥ ਕਾਰ ਚੱਲੀ ਵੀ ਹੁੰਦੀ, ਚੱਲ ਅਗਲਾ ਵੀ ਸੈਕਿੰਡ ਓਨਰ ਰੇਟ ਵੀ ਸਰ ਲਾਉਂਦੇ ਨੇ ਬਾਈ, ਹੋਰ ਆ ਜਾਂਦੀ ਹੈ ਕੋਈ ਨਾ, ਥਰਡ ਓਨਰ ਵਾਲੀ ਆ, ਫਿਰ ਵੀਰੇ ਰੇਟ ਵੀ ਆਪਾਂ ਘੱਟ ਦੇਣ, ਜਮਾਂ ਹੀ ਅਗਲੇ ਨੂੰ ਲੋਹੇ ਦੇਣਾ ਜੀ। ਠੀਕ ਹੈ, ਲੋਹੇ ਦੇ ਰੇਟ ਬਿਲਕੁਲ ਬਿਲਕੁਲ। I20 ਪਹਿਲਾਂ ਬਹੁਤ ਫੋਨ ਆ ਰਹੇ ਬਾਈਆਂ, ਹੁਣ ਵੀ ਫੋਨ ਆਈ ਜਾਂਦੇ ਆ, ਠੀਕ ਹੈ, ਚੱਲ ਓਨਰਾਂ ਨੂੰ ਕਈ ਵਾਰ ਆਪਣੇ ਪੰਜਾਬ ਦੇ ਕਿਸੇ ਵੀ ਓਨਰ ਨੂੰ ਚਲਾਉਣੀ ਹੋਇਆ ਬਸ। ਠੀਕ ਹੈ, ਇਹਦਾ ਰੇਟ? ਇਹਦੇ ਵੀਰੇ ਰੇਟ ਲਾਸਟ 6,20,000 ਦੀ ਕਾਰ ਮਿਲ ਜੂਗੀ। 6,20,000 ਦੀ? ਹਾਂਜੀ। ਇਟੀਓਸ? ਇਹ ਮਾਡਲ? ਇਹ ਮਾਡਲ ਵੀਰੇ 13 ਜੀ, ਇਹ ਆ ਗਈ ਸੈਕਿੰਡ ਓਨਰ ਕਾਰ ਜੀ, ਦੂਜੇ ਨਾਂ ਦੀ। ਹਾਂਜੀ, ਦੂਜੇ ਨਾਂ ਦੀ। ਠੀਕ ਹੈ ਵੀਰੇ। ਹਾਂਜੀ, ਕੰਡੀਸ਼ਨ ਪੂਰੀ? ਕੰਡੀਸ਼ਨ ਵਧੀਆ ਹੈ ਗੱਡੀ ਦੀ, ਅੰਜਣ ਗਏ ਉਹਦੀ, ਪਾ ਕਾਰ ਵਧੀਆ ਪਈ ਹੈ ਜੀ। ਲਓ ਜੀ ਮਿੱਤਰੋ, ਇਟੀਓਸ ਦੇ ਵੀ ਚਾਹਵਾਨ ਬਹੁਤ ਹੁੰਦੇ ਨੇ ਹਨਾ, ਵੀ ਇਹ ਆਪਾਂ ਕਹਦੇ ਇਹ ਕਾਰ ਜਿਹੜੀ ਮਿਸਤਰੀ ਦੀ ਐਂਟੀ ਬਣੀ ਹੋਈ ਕਾਰ ਆ ਬਈ। ਹਾਂਜੀ ਹਾਂਜੀ, ਬਿਲਕੁਲ, ਇਹਨੂੰ ਛੇਦੀ ਕੁਝ ਨਹੀਂ ਹੁੰਦਾ, ਕਵੈਟਾ ਤਾਂ ਵੀਰੇ ਖੁੱਲਦੇ ਹੀ ਨਹੀਂ ਹੈ ਜੀ ਨਾ ਇਹ, ਤੇ ਓਕੇ ਦੀ ਰਿਪੋਰਟ ਕਾਰ ਹੁੰਦੀ ਆ ਬਈ ਇਹ, ਇਹ ਉਹ ਦੇਖਣ ਨੂੰ ਐ ਲੱਗਦੀ ਆ ਵੀ ਉਹੀ ਜੇ ਬਾਵੀ ਨਾ, ਪਰ ਇੰਜਣ ਬਸ ਇੱਕ ਅੰਜਣ ਵਿਕਦਾ, ਬਸ ਇੰਜਣ ਵਿਕਦਾ ਕਾਰ ਦਾ, ਕਰਕੇ ਵੀ ਵਿਕਦੀ ਆ ਕਾਰ, ਕੋਈ ਮਰਜ਼ੀ ਕਾਰ ਲਾ ਲਓ, ਫੋਰਚੂਨਰ ਲਾ ਲਓ, ਇਹਨਾਂ ਦੇ ਇੰਜਣਾ ਕਰਕੇ ਕਾਰ ਵਿਕਦੀ, ਕਿ ਅੰਜਣ ਵੀਰੇ ਮਰਦੇ ਨਹੀਂ ਹੈ ਇਹਨਾਂ ਦੇ। ਸਹੀ ਗੱਲ ਆ ਬਈ। ਇਹਦਾ ਰੇਟ ਵੀਰੇ ਕਿੰਨਾ ਮਾਡਲ? ਇਹ ਵੀਰੇ ਰੇਟ ਆਪਾਂ ਨੂੰ ਮਿਲ ਜੇ 3 ਲੱਖ ਰੁਪਏ ਦੀ ਲਾਸਟ ਮਿਲ ਜੇਗੀ। 3 ਲੱਖ ਰੁਪਏ? ਹਾਂਜੀ, ਲਾਸਟ ਮਿਲ ਜੇ। ਮਾਡਲ ਸੀ 2012 2013 ਹੀ, ਸੈਕਿੰਡ ਓਨਰ ਹੈ, ਚੰਡੀਗੜ੍ਹ ਦਾ ਨੰਬਰ ਹੈ। ਠੀਕ ਹੈ ਵੀਰੇ, ਲਓ ਜੀ ਬਾਈ ਅਗਲੀ ਵਰਨਾ ਆ ਗਈ ਵੀਰੇ ਆਪਣੇ ਦੇ, ਇਹ ਮਾਡਲ 2011 ਮਾਡਲ ਵੀਰੇ, 11 ਨੰਬਰ ਕਾਰ ਹੈ ਜੀ, ਪੰਜਾਬ ਨੰਬਰ ਦੀ ਜੀ। ਠੀਕ ਹੈ ਵੀਰੇ। ਹਾਂਜੀ, ਸੈਕਿੰਡ ਓਨਰ ਕਾਰ ਹੈ ਜੀ। ਹਾਂ, ਦੂਜੇ ਨਾਂ ਦੀ? ਹਾਂ, ਦੂਜੇ ਨਾਂ ਦੀ ਕਾਰ ਹੈ ਜੀ। 11/12 ਜਾਂ 11 ਹਾਂ, ਰਜਿਸਟਰ 12 ਦਸੰਬਰ ਮਹੀਨੇ ਦੀ ਹੈ ਜੀ। ਠੀਕ ਹੈ ਵੀਰੇ, ਪਈਆ ਕਾਰ ਦੀ ਜੀ। ਚੱਲੀ ਕਿੰਨੀ ਕਿ ਇਹ? ਇਹ ਚੱਲੀ ਵੀ ਹੈ ਵੀਰੇ 92,000 ਚੱਲੀ ਵੀ ਹੈ ਜੀ। ਠੀਕ ਹੈ ਵੀਰੇ। ਹਾਂਜੀ, ਲਓ ਜੀ ਮਿੱਤਰੋ ਕਾਰ ਚੈੱਕ ਕਰੋ ਬਾਈ, ਜੇ ਕਿਸੇ ਨੇ ਕਾਰ ਲੈਣੀ ਆ ਵਰਨਾ ਵੀ ਦਿਖਾ ਦੇ, ਅਤੇ ਬਾਈ
ਇਹਦਾ ਇਹੋ ਜਿਹਾ ਰੇਟ ਦੇ ਦਿਓ ਮੇਰਾ ਭਰਾ, ਹੈ ਨਾ ਨਵਾਂ ਸਾਲ ਆ ਰਿਹਾ, ਦੋ ਚਾਰ ਦਿਨ ਹੀ ਰਹਿ ਗਏ, ਬਿਲਕੁਲ ਬਸ ਪਟਾਕਾ ਪਈ ਜਾਵੇਗਾ। ਇਹਦਾ ਰੇਟ ਲਾਸਟ ਦੇ ਦੇਗੇ 3,20,000 ਦੀ, 3,20,000 ਦੀ, ਹਾਂਜੀ। ਲਓ ਜੀ ਮਿੱਤਰੋ, 3,20,000 ਰੁਪਏ ਦੇ ਪੰਜਾਬ ਨੰਬਰ ਕਾਰ ਹੈ, ਸਿਰਫ ਟ੍ਰਾਂਸਫਰ ਕਰਾਉਣੀ ਆ। ਲੋਏ ਟਾਇਰ ਕਾਰ ਨੂੰ ਨਵੇਂ ਲੋਏ, ਨਵੇਂ ਟਾਇਰ ਵਧੀਆ ਪਏ ਵੀ ਕਾਰ। ਲਓ ਜੀ ਬਾਈ ਚੈੱਕ ਕਰ ਲਓ ਵੀ ਕਾਰ ਲੱਗ ਰਿਹਾ ਕਾਰ ਨੂੰ ਜੀ, ਟੋਪ ਦੀ ਕਾਰ ਅਲਾਏ ਦੇਖੋ ਬਾਈ 40-45,000 ਦੇ ਲਾਏ ਲੱਗੇ ਹੋਏ ਆ ਜੀ। ਗੱਡੀ ਦੇ ਪਿੱਛੇ 2.5 ਲੱਖ ਹੀ ਰਹਿ ਗਈ ਹੈ ਜੀ, 50-60,000 ਦੇ ਲਾਏ ਪੈਂਦੇ ਆ ਗੱਡੀ ਨੂੰ ਬਾਈ, ਹੈ ਨਾ। 17 ਨੰਬਰ ਲਾਏ ਆ ਕੋਈ ਭਰਾ, ਵਰਨਾ ਫਲੂਡਿਕ ਲੈਣ ਦਾ ਚਾਹ ਵਾਣਾ 3,20,000 ਰੁਪਏ ਚ ਫੁੱਲੀ ਮੋਡੀਫਾਈ ਕਾਰ ਬਾਈ ਤੁਹਾਡੇ ਘਰੇ ਜਾਊਗੀ। 1,00,000 ਰੁਪਏ ਲਿਆਓ ਤੇ ਬਾਕੀ ਲੋਨ ਵੀ ਲੋਨ, ਹਾਂਜੀ ਲੋਨ ਕਰਵਾ ਦਾਂਗੇ, ਹਾਂਜੀ। ਤੇ ਅਗਲੀ ਵੀਰੇ 12 ਮਾਡਲ ਹੈ ਜੀ, ਇਹ 12 ਮਾਡਲ, ਇਹ ਵੀ 1.6 ਹੈ ਕਾਰ ਜੀ, ਠੀਕ ਹੈ। 12 ਮਾਡਲ ਹੈ, ਚੰਡੀਗੜ੍ਹ ਨੰਬਰ ਹੈ, ਫਸਟ ਓਨਰ ਕਾਰ ਹੈ, ਦੋਨੇ ਚਾਬੀਆਂ ਕਾਰ ਦੀਆਂ ਜੀ, ਠੀਕ ਹੈ, ਹਾਂਜੀ। ਲਓ ਜੀ ਮਿੱਤਰੋ, ਇਹਦਾ ਕਿੰਨਾ ਰੇਟ ਹੈ ਵੀਰੇ? ਇਹ ਵੀਰੇ ਲਾਸਟ ਦੇਣ ਵਾਲਾ ਰੇਟ ਹੈ 3,95,000 ਦੀ ਕਾਰ ਲੱਗੂਗੀ ਹੈਗਾ। ਫਿਰ ਵੀ ਰਾਣਗੇ ਘਟਵਾਈ ਜਾਂਦੇ ਰੇਟ ਹੈ, ਪੀੜੀ ਚ ਮੈਂ ਬੋਲਦਾ ਵੀ ਲਾਸਟ ਰੇਟ ਆ ਦੇਣ ਵਾਲਾ, ਮੰਗਣੇ ਨੂੰ ਤਾਂ 4,50,000 ਰੁਪਇਆ ਮੰਗੀ ਜਾਓ, 4.25 ਜੀ ਵਿਕਰੀ। ਹਾਂ, 3,95,000 ਦੀ ਕਾਰ ਲਾਸਟ ਮਿਲੂਗੀ ਵੀਰਾ। ਲਓ ਜੀ, ਹਾਂਜੀ, ਨੰਬਰ ਸੀਗਾ ਨੰਬਰ ਚੰਡੀਗੜ੍ਹ, ਫਸਟ ਓਨਰ ਹੈ, ਦੋਨੇ ਚਾਬੀਆਂ, ਦੋਈ ਚਾਬੀ ਹਲੀ ਤੱਕ ਯੂਜ ਵੀ ਨਹੀਂ ਹੋਈ। ਚੱਕ ਲਓ ਫੋਨ ਬਾਈ, ਜੇ ਕਿਸੇ ਲੈਣੇ 3,95,000 ਵਧੀਆ ਕਾਰ ਹੈ, ਸੀਟ ਕਵਰ ਵਗੈਰਾ ਨਵੇਂ, ਲੋਏ ਗੱਡੀ ਨੇ ਵਧੀਆ ਲੱਗੇ, ਲਾਏ ਦਿਖਾ ਦੇ ਕਾਰ ਦੇ, ਲਾਏ ਦਾ ਸਿਰਾ ਹੀ ਨੇ ਬਾਕੀ ਹੱਬਾਂ ਤੇ ਬਾਈ, ਨਿਓਨ ਕਲਰ ਵੱਜਿਆ ਹੋਇਆ, ਚੈੱਕ ਕਰੋ, ਤੁਹਾਨੂੰ ਕੁਛ ਕਰਾਉਣ ਦੀ ਲੋੜ ਹੈਗੀ, ਲਾਏ ਪਾਉਣੇ ਨਹੀਂ ਹੈਗੇ, ਤੁਹਾਨੂੰ ਲਾਏ ਪਾਏ ਹੋਏ ਨੇ, ਸੀਟ ਕਵਰ ਵਗੈਰਾ ਨਵੇਂ ਜੀ, ਠੀਕ ਹੈ। ਅੰਦਰੋਂ ਕਾਰ ਨਵੀਂ, ਦੋਨੇ ਚਾਬੀਆਂ ਕਾਰ ਦੀਆਂ ਜੀ, ਠੀਕ ਹੈ, ਹਾਂਜੀ, ਫਸਟ ਓਨਰ ਕਾਰ ਹੈ ਜੀ, ਓਕੇ, ਹਾਂਜੀ। ਹਾਈਲੈਂਡ ਹੈ ਜੀ, ਨਵੇਂ ਵਾਲਾ ਸਟੀਅਰਿੰਗ ਆ ਗਿਆ ਇਹਨੂੰ ਜੀ, 14 ਮਾਡਲ ਜੀ, ਹਾਈਲੈਂਡ ਚ, ਠੀਕ ਹੈ, ਹਾਂਜੀ, ਹਾਈਲੈਂਡ ਮਾਡਲ ਹੈ, ਐਵਰੇਜ ਬਹੁਤ ਆ ਕਾਰ ਦੀ ਨਾ ਭਾਈ, ਹਾਂ ਬਿਲਕੁਲ ਜੀ, ਰਜਿਸਟ੍ਰੇਸ਼ਨ 15 ਦੀ ਹੈ ਜੀ, ਠੀਕ ਹੈ, ਹਾਂ, ਰਜਿਸਟ੍ਰੇਸ਼ਨ 15 ਦੀ ਹੈ। ਕਿੰਨਾ ਰੇਟ ਹੈ ਦਾ? ਇਹ ਵੀਰੇ ਲਾਸਟ ਦੇਣ ਵਾਲਾ ਰੇਟ 3,30,000 ਦੀ ਕਾਰ ਲੱਗ ਜੂਗੀ, 3,30,000 ਦੀ, ਹਾਂਜੀ, ਠੀਕ ਹੈ। ਲੋਨ ਕਿੰਨਾ ਹੋ ਜੂਗਾ? ਲੋਨ ਵੀਰੇ ਹੋ ਜਾਏਗਾ 2,50,000 ਰੁਪਏ ਦਾ ਲੋਨ ਹੋ ਜੂਗਾ ਜੀ, 2,50,000 ਰੁਪਏ ਦਾ ਲੋਨ, ਠੀਕ ਹੈ। ਤੇ ਅਗਲੀ ਆ ਗਈ ਕਾਰ ਆਪਣੀ ਵੀਰੇ, ਫੋਰਡ ਫੀਸਟਾ 2012 ਜੀ, 12, ਹਾਂਜੀ, 2012 ਮਾਡਲ ਹੈ ਜੀ, ਫਸਟ ਓਨਰ ਕਾਰ ਹੈ, ਪੰਜਾਬ ਨੰਬਰ ਕਾਰ ਹੈ ਜੀ। ਲਾਏ ਦੇਖੋ ਬਾਈ, ਫੇਰ ਆਪਾਂ ਕਹਿੰਦੇ ਵੀ ਉਹਨਾਂ 35-40,000 ਰੁਪਏ ਦੇ ਲਾਏ, ਹਾਂ ਲਾਏ ਟਾਇਰ, ਬਿਲਕੁਲ ਬਿਲਕੁਲ, ਅੱਜ ਟਾਈਮ ਹੈ ਵੀਰੇ ਲਾਏ ਪਵਾਉਣ ਲੱਗ ਜਾ, ਮਰੁੱਤੀ 'ਚ ਪਵਾਉਣ ਲੱਗ ਜਾ, 20,000 ਚ ਤਾਂ ਮਰੁੱਤੀ ਦੇ ਪੈਂਦੇ ਆ ਜੀ। ਸਹੀ ਗੱਲ ਹੈ ਬਾਈ, ਚੈੱਕ ਕਰੋ ਬਾਈ ਕਾਰ, ਬਹੁਤ ਸੋਹਣੀ ਕਾਰ ਹੈ। ਤੇ ਬਾਕੀ ਬਾਈ ਘੱਟ ਬਜਟ 'ਚ ਜੇ ਕਿਸੇ ਨੇ ਨਾ ਲਗਜ਼ਰੀ ਵਾਲਾ ਫੀਲਿੰਗ ਲੈਣੀ, ਆਹ ਵਾਲੀ ਕਾਰ ਤੁਸੀਂ ਬਾਈ ਕਰ ਸਕਦੇ ਹੋ। ਇੰਜਨ ਗੇਅਰ ਦੀ ਇੰਨੀ ਵਧੀਆ ਕਾਰ ਜੀ, ਹਾਂਜੀ, ਜੋੜਾ ਤੁਸੀਂ ਜੀ, ਡੀਜ਼ਲ ਦੀ ਕਾਰ ਹੈ, 20-22 ਦੀ ਐਵਰੇਜ ਦੇਈ ਜਾਂਦੀ ਹੈ ਜੀ, ਰੇਟ ਦਾ ਫਿਰ ਪੰਜਾਬ ਨੰਬਰ ਕਾਰ ਹੈ ਜੀ। ਰੇਟ ਵੀਰੇ ਇਹਦਾ 2,20,000 ਦੀ ਕਾਰ ਲੱਗ ਜਾਏਗੀ, 2,20,000 ਦੀ, ਹਾਂਜੀ, ਠੀਕ ਹੈ। ਲੈ ਮਿੱਤਰਾ, 2,20,000 ਰੁਪਏ 'ਚ ਨੰਬਰ ਕਿੱਥੇ ਦਾ? 2012 ਜੀ, ਲੁਧਿਆਣੇ ਦਾ ਜੀ, PV10 ਕਾਰ ਹੈ ਜੀ, ਹਾਂਜੀ, ਠੀਕ ਹੈ ਵੀਰੇ। ਲਓ ਜੀ ਬਾਈ, ਅਗਲੀ ਆ ਗਈ ਆਪਣੇ ਲਵੇ ਇਹ ਸੈਟ 10 ਮਾਡਲ ਪੈਟਰੋਲ ਜੀ, ਆਪਾਂ ਇਹਦੀ ਇਹ ਡਿਮਾਂਡ ਚ ਆਈ ਹੈ ਕਾਰ ਜੀ, ਇਹ ਪਹਿਲਾਂ 9 ਮਾਡਲ ਦਿਖਾਈ ਸੀ, ਹਾਂ ਪਹਿਲਾਂ ਉਹ ਜਿਹੜੀ ਵਾਲੀ ਪਹਿਲਾਂ 9 ਮਾਡਲ ਸੀ, ਉਹਦੀ ਇੰਨੇ ਫੋਨ ਆਏ ਆ ਜੀ, ਫਿਰ ਤਾਂ ਹੀ ਲੱਭੀ ਹੈ ਦੁਬਾਰੇ ਲੈ ਕੇ ਆਏ 2010 ਮਾਡਲ, ਉਹ PV11 ਸੀ ਨਾ, ਉਹ PV11 ਦੀ, ਹਾਂਜੀ, ਇਹ PV ਇਹ ਜਾਂ ਇੱਥੇ ਮਕੇਰੀਆ ਦਾ ਨੰਬਰ ਹੈ ਜੀ, ਠੀਕ ਹੈ ਵੀਰੇ। ਲਓ ਜੀ ਮਿੱਤਰੋ, ਫੇਰ ਆਪਾਂ ਦੁਬਾਰਾ ਪੁੱਛ ਰਹੇ ਆ ਨਾ, ਆਹ ਕਾਰ ਕਿਹਨੇ ਚਲਾਈ ਹੈ ਤੇ ਕਿਹਦੇ ਲਵੇ ਹੈਗੀ ਆ, ਕਮੈਂਟ ਕਰਕੇ ਦੱਸਿਓ ਬਾਈ, ਹੈ ਨਾ। ਤੇ ਮੈਂ ਕਮੈਂਟ ਪੜ੍ਹੇ ਸੀ, ਕਈਆਂ ਦਾ ਵਿਆਹ ਵੀ ਇਹ ਕਰ ਗਈ ਹੋਈ ਹੈ, ਹਾਂ ਯਾਰ, ਫੁੱਲ ਲਾਇਆ ਡੋਲੀ ਚ ਲਾਂਦੇ ਨੇ ਬਹੁਤ ਹੀ, ਸਹੀ ਗੱਲ ਹੈ, ਕਾਲਜ ਟਾਈਮ ਰਹੀ ਹੈ ਬਹੁਤ, ਪੂਰਾ ਦਬਦਬਾ ਸੀ ਕਾਰ ਦਾ ਬਾਈ, ਬਿਲਕੁਲ ਜੀ। ਪੈਟਰੋਲ ਦੀ ਕਾਰ ਹੈ ਜੀ, 2010 ਮਾਡਲ ਹੈ ਜੀ, ਸੈਕਿੰਡ ਓਨਰ ਕਾਰ ਹੈ, ਫੁੱਲ ਇੰਸ਼ੋਰੈਂਸ ਪਈ ਹੈ ਕਾਰ ਦੀ, ਸੀਟ ਕਵਰ ਵਗੈਰਾ, ਟਾਇਰ ਨਿਊ ਬ੍ਰਾਂਡ ਹੈ ਜੀ, ਨੰਬਰ ਟਾਇਰਾਂ ਦੀ 100 ਕਿਲੋਮੀਟਰ ਵੀ ਨਹੀਂ ਚੱਲੇ, ਪੰਜਾਬ ਨੰਬਰ ਕਾਰ ਹੈ ਜੀ, ਠੀਕ ਹੈ ਵੀਰੇ, ਹਾਂਜੀ।
ਸੀਸਾ ਹੀ ਫਰੰਟ ਨਾਲ ਦਾ ਕਾਰ ਦਾ ਜੀ, ਕੰਪਨੀ ਦੇ ਜਿਹੜੇ ਓਕੇ ਸਟਿੱਕਰ ਲੱਗੇ ਨਾਲ ਦੇ ਲੱਗੇ ਸਾਰੇ ਜੀ। ਕਿੰਨਾ ਰੇਟ ਗੱਡੀ? ਸਾਫ਼ ਸੁਥਰੀ ਹੈ ਜੀ। ਇਹ ਵੀਰੇ ਲਾਸਟ ਦੇਣ ਵਾਲਾ ਰੇਟ ਹੋ ਗਿਆ ਇਸਕਾ ਜੀ 1,85,000 ਜੀ, ਘਟਾ ਲਓ 1,05,000 ਰੁਪਇਆ ਹੋਰ ਘੱਟ ਦੇ ਦਿਓ ਜੀ। ਠੀਕ ਹੈ, ਹੋਰ ਦੱਸੋ ਜੀ ਤੁਸੀਂ ਪੂਰਾ ਦੇ ਦਿਓ 1,80,000 ਵਿੱਚ ਟ੍ਰਾਂਸਫਰ ਕਰਾ ਕੇ ਦੇ ਦਿਓ। ਲੈ ਵੀ ਮਿੱਤਰ 1,80,000 ਦੇ ਟ੍ਰਾਂਸਫਰ ਕਰਾ ਕੇ ਪੰਜਾਬ ਨੰਬਰ, ਠੀਕ ਹੈ, ਅਤੇ ਆਪਾਂ ਕਹਿ ਦਈਏ ਬਈ ਪੂਰੀ ਘੈਂਟ ਕਾਰ ਆ ਬਸ, ਕਹਿ ਦੀ ਕਿ ਨਾ ਤੁਹਾਨੂੰ ਕੋਈ ਪੇਂਟ ਕਰਾਉਣਾ ਨਾ ਕੁਛ ਕਰਾਉਣਾ, ਬਈ ਟਾਇਰ ਨਵੇਂ ਆ ਜੀ, ਟਾਇਰ ਨਵੇਂ ਪਏ ਆ ਕਾਰ ਦੇ ਜੀ, ਨਵੇਂ ਟਾਇਰ ਫੋਟੋ ਦੇ ਜੀ, ਹਮਣੀ ਨਵੇਂ ਟਾਇਰ ਲੱਗੇ ਆ। ਉਹ ਤਾਂ ਤੁਹਾਡੀ ਇੱਛਾ ਵੀ ਹਨਾ, ਚਾਹੇ ਸੋਨੀ ਦੇ ਮੇਖਾ ਲਵਾ ਲਓ। ਬਿਲਕੁਲ ਬਿਲਕੁਲ ਜੀ, ਲਓ ਜੀ ਅਗਲੀ ਆ ਗਈ ਬਈ ਆਪਣੇ ਲਵੇ, ਆਪਾਂ ਕਹਿ ਦਈਏ ਵੀ ਆਹ ਵਾਲੀ ਕਾਰ, ਇਹ ਲਗਜ਼ਰੀ ਕਾਰ ਹੀ ਹੈ, ਇਹ ਲਗਜ਼ਰੀ ਤੇ ਵੀਰੇ ਜਹਾਜ਼ ਹੈ ਜੀ, ਜਹਾਜ਼ ਆਇਆ ਆਪਣੇ ਲਵੇ, ਇੰਡੀਗੋ ਜਹਾਜ਼ ਆ, ਸਿਵਿਕ ਕਾਰ ਆ ਬਈ। ਇਹਨਾਂ ਦਾ ਚਲਾਨ ਨੂੰ ਵੀਰੇ ਡੈਸ਼ਬੋਰਡ ਇੰਨਾ ਲੰਬਾ ਨਾ, ਅੰਦਰ ਚਲਾਨ ਨੂੰ ਨਹੀਂ ਲੱਗਦਾ ਵੀ ਜਿੱਦਾਂ ਪੈ ਗਈ ਚਲਾਉਂਦਾ ਬੰਦਾ ਜੀ, ਇਹਦੇ ਇਹਦੇ ਵਾਈਪਰ ਵੀ ਐਂ ਚੱਲਦੇ ਆ ਪੁੱਠੇ ਦੇ। ਹਾਂਜੀ ਠੀਕ ਹੈ, ਇਹ ਵੀਰੇ 2009 ਮਾਡਲ ਕਾਰ ਹੈ ਜੀ। ਠੀਕ ਹੈ, ਦੇਖੋ ਜੀ ਆਪਣੀ ਇੱਕ ਹੋਰ ਵੀ ਹੈ, ਇਹ 9-9, 10-10 ਮਾਡਲ ਕਾਰਾਂ ਵੀ ਵਧੀਆ ਆਪਣੇ ਵੀ, ਫਰੰਟ ਸੀਸਾ ਤੱਕ ਵੀ ਨਾਲ ਦਾ ਹੁੰਦਾ, ਇਹਦਾ ਫਰੰਟ ਸੀਸਾ ਨਾਲ ਦਾ ਹੀ, ਨਾਲ ਦਾ ਜੀ 9 ਦਾ ਜੀ, 2009 ਇਹ ਮਾਡਲ, 9 ਦਾ ਹੀ ਸੀਸਾ ਨਾਲ ਦਾ ਜੀ। ਗੁਰਪ੍ਰੀਤ ਅੰਦਰੋਂ ਦਿਖਾ ਦੇ ਕਾਰ ਨੂੰ ਬਈ, ਬਹੁਤ ਸੋਹਣੀ ਕਾਰ ਹੁੰਦੀ ਹੈ ਬਈ ਇਹ, ਪਹਿਲਾਂ ਵੀ ਡਿਮਾਂਡ ਤੇ ਆਈ ਹੈ ਕਾਰ ਜੀ, ਪਹਿਲਾਂ ਸਾਡੇ ਕੋਲ ਦੋ, ਤੁਸੀਂ ਵੀਡੀਓ ਕਰਕੇ ਗਏ ਦੱਸ ਦੀਆਂ ਸਾਡੇ ਕੋਲ ਦੋ, ਉਹ ਵੀਡੀਓ ਪੈਣ ਦੇ ਨਾਲ ਕੀ ਨਾਲ ਵਿਕੀ ਆ ਜੀ। ਠੀਕ ਹੈ ਬਈ, ਹਾਂਜੀ ਆ ਵੀ ਦੁਬਾਰੇ ਫਿਰ ਲਈ ਹੈ 9 ਮਾਡਲ, ਦੂਜੇ ਨਾਂ ਦੀ, ਨੰਬਰ ਕਿੱਥੇ ਦਾ? ਨੰਬਰ ਵੀਰੇ ਚੰਡੀਗੜ੍ਹ ਦਾ ਜੀ। ਠੀਕ ਹੈ, ਰੇਟ ਕਿੰਨਾ ਦਾ ਵੀਰੇ? ਰੇਟ ਮਿਲ ਜਾਏਗੀ ਤੁਹਾਨੂੰ ਲਾਸਟ 1,95,000 ਦੀ, 1,95,000 ਦੀ। ਮਾਨਤਾਨ ਕਰੋਗੇ? ਮਾਨਤਾਨ ਵੀਰੇ 4-5,000 ਰੁਪਇਆ, ਤੁਹਾਡੇ ਵੀਡੀਓ ਕਰਕੇ ਹੀ ਹੋਵੇਗਾ ਇੰਨਾ ਮਾਨਤਾਨ, 4-5,000 ਰੁਪਇਆ ਘੱਟ ਜੇ ਆਪਾਂ ਬਹੁਤਾ ਸੋਚੇਗੇ ਫਿਰ ਤਾਂ ਵੀ ਡੀਲ ਨਹੀਂ ਹੋਣੀ। ਠੀਕ ਹੈ ਵੀਰੇ, ਪਹਿਲਾਂ ਹੀ ਆਪਣੇ ਰੇਟ ਜਾਇਜ਼ ਹੁੰਦੇ ਪੂਰੇ ਪੂਰੇ ਜੀ। ਲਓ ਜੀ ਮਿੱਤਰੋ, 2,00,000 ਰੁਪਏ ਤੋਂ ਵੀ ਥੱਲੇ ਕਾਰ ਆ ਗਈ ਲਗਜ਼ਰੀ ਕਾਰ, ਜੇ ਕਿਸੇ ਭਰਾ ਨੇ ਲੈਣੀ ਹੈ ਤਾਲੀ ਕਾਰ ਤੁਸੀਂ ਲੈ ਸਕਦੇ ਹੋ। ਸਭ ਕੁਛ ਹੈ ਜੀ, ਦੇਖੋ ਸਟੀਰੀਓ ਵਗੈਰਾ ਕੰਪਨੀ ਦਾ, ਏਅਰ ਬੈਗ ਕੰਪਨੀ ਨੇ, ਏਅਰ ਬੈਗ ਸਾਰਾ ਕੁਝ, ਸਾਰਾ ਕੁਝ ਕਾਰ ਨੂੰ ਲੱਗਿਆ ਬਾਜੀ। ਤੇ ਜੇ ਕਿਸੇ ਨੇ ਲੈਣੀ ਹੈ ਕਾਰ ਲੈ ਲਿਓ, ਐਡਜਸਟਮੈਂਟ ਵੀ ਹੈਗੇ ਸੀਟ ਦੀ। ਲਓ ਜੀ ਬਾਈ, ਫਿਰ ਆਪਾਂ ਦੁਬਾਰਾ ਕਹਿ ਦਈਏ ਬਾਈ, ਹਨਾ ਸਲਾਹ ਹੈ ਨਹੀਂ ਥੋੜੀ ਵੇਚਣ ਦੀ? ਨਹੀਂ ਵੀਰੇ ਵੇਚਣਗੇ, ਲੈ ਗਿਆ ਕੋਈ ਵੇਚੂਗੇ ਇਹਨੂੰ, ਵਧੀਆ ਬੰਦਾ ਹੀ ਲੈ ਜਾਏਗਾ ਇਹਨੂੰ। ਠੀਕ ਹੈ, ਹਾਂਜੀ ਰੇਟ ਰੂਟ ਘਟਾ ਲਓ ਜੀ, ਰੇਟ ਘਟਾ ਦਈਏ ਵੀਰ, ਦੱਸੋ ਕਿੰਨਾ ਘਟਾ ਦਈਏ, ਤੁਸੀਂ ਦੱਸੋ ਅੱਜ 1,45,000 ਰੇਟ ਪਾਇਆ ਤੁਹਾਨੂੰ, ਤੁਸੀਂ ਦੱਸ ਦਿਓ 11 ਮਾਡਲ ਆ, ਤੁਸੀਂ ਆਪੇ ਹੀ ਦੱਸੋ ਵੀਰੇ 11 ਮਾਡਲ ਹੈ, ਫਸਟ ਓਨਰ ਹੈ ਕਾਰ ਜੀ, ਸਾਡੇ ਵਾਸਤੇ ਅੱਜ ਰੇਟ ਘਟਾ ਕੇ ਹੀ ਦੇਣੀ ਹੈ ਬਸ, ਜਿੰਨੇ ਤੁਸੀਂ ਕਹਿੰਦੇ ਹੋ ਦੱਸੋ। ਨਾ ਨਾ ਤੁਸੀਂ ਦੱਸੋ ਵੀਰੇ, 85,000 ਦੀ ਲਾਸਟ ਕਰ ਦੇ, ਚੱਕ ਲਾ ਬਈ ਮਿੱਤਰ, 85,000 ਦੇ 1 ਰੁਪਿਆ ਘਟਣੀ ਹੋਣੀ, 85,000 ਦੀ ਲਾਸਟ ਦੇ ਦੂੰਗੇ ਕਾਰ। 2011 ਮਾਡਲ ਫਸਟ ਓਨਰ ਕਾਰ ਆ ਬਾਈ, ਸਿਰਫ 85,000 ਰੁਪਏ ਚ ਮਿਲ ਜੂਗੀ ਤੁਹਾਨੂੰ, 11 ਮਾਡਲ ਆਲਟੋ ਜੀ ਦੇ 2 ਦੇ ਨੇੜੇ ਮਿਲਦੀ ਆ ਜਾਗੇ ਜੀ। ਜੇ ਕਿਸੇ ਵੀਰ ਨੇ ਕਾਰ ਲੈਣੀ ਆ ਬਾਈ, ਗੁਰਪ੍ਰੀਤ ਅੰਦਰੋਂ ਦਿਖਾ ਦੇ ਕਾਰ ਨੂੰ ਬਾਈ, ਸਪਲੈਂਡਰ ਤੋਂ ਵੀ ਘੱਟ ਰੇਟ ਚ ਹੈ ਜੀ, ਸੀਟ ਕਵਰ ਨਾਲ ਦੇ, ਸੀਟ ਕਵਰ ਨਾਲ ਦੇ, ਨਾਲ ਦੇ ਸੀਟ ਕਵਰ ਲਾ ਕੇ ਭੇਜੇ, ਉਦਾਂ ਹੀ ਪਏ ਆ ਕਾਰ ਦੇ, ਬਿਲਕੁਲ ਨਵਾਂ ਇੰਟੀਰੀਅਰ ਆ ਬਾਈ, 2 ਪਾਵਰ ਵਿੰਡੋ ਆ, 65,000 ਕਾਰ ਚੱਲੀ ਵੀ ਆ ਸਾਰੀ ਜੀ। ਬਸ ਇਹ ਤਾਂ ਬਾਈ ਹੁਣ ਚੱਕ ਕੇ ਲੈ ਜਾਓ ਕਾਰ ਮਿੱਤਰੋ, ਹੁਣ ਬਸ ਕੱਲ ਨੂੰ ਇਹ ਨਾ ਕਿ ਵੀ ਰੇਟ ਨਹੀਂ ਘਟਾਇਆ, ਹਾਂ ਰੇਟ ਪੂਰਾ ਘਟਾ ਦਿਆ ਜੀ, 85,000 ਰੁਪਏ ਦੀ ਕਾਰ ਹੈਗੀ, ਰੇਟ ਇਹਦਾ ਘਟਾਇਆ 25,000 ਰੁਪਏ, ਮਤਲਬ 15,000 ਰੁਪਇਆ ਘਟਾ ਦਿਆ ਜੀ, ਪਹਿਲਾਂ 1,10 ਬੋਲੇ ਸੀ, ਹਾਂ 1,10 25 ਘਟ ਗਿਆ, 25,000 ਰੁਪਏ ਰੇਟ ਘਟ ਗਿਆ ਬਾਈ ਇਹਦਾ ਹਨਾ। ਹਾਂਜੀ, ਤੇ ਚੈੱਕ ਕਰ ਲਓ ਬਈ ਕਾਰ, ਸਪਾਰਕ 2011 ਮਾਡਲ ਪਹਿਲੇ ਨਾਂ ਦੀ, 56,000 ਚੱਲੀ ਸਾਰੀ, ਇੰਸ਼ੋਰੈਂਸ ਫੁੱਲ ਹੈ ਕਾਰ ਦਾ, ਬਿਲਕੁਲ ਬਿਲਕੁਲ। ਹੁਣ ਬਾਈ ਅਗਲੀ ਵਾਰ ਦੇਖਣੀ ਨਹੀਂ ਚਾਹੀਦੀ ਬਾਈ, ਬਾਈ ਦਿਖਦੀ ਨਹੀਂ ਅਗਲੀ ਵਾਰੀ, ਚੱਲ ਰਹੀ ਹੈ ਵੈਸੇ, ਮੈਨੂੰ ਲੱਗਾ ਅੱਜ ਆ ਜਾਣਗੇ ਹੋਈ ਗਈ ਡੀਲ ਜੀ। ਲਾਸਟ ਕਾਰ ਆਲਟੋ ਵੀਰੇ, ਆਲਟੋ ਵੀਰੇ 2010 ਮਾਡਲ ਹੈ ਜੀ, ਫਸਟ ਓਨਰ ਕਾਰ ਹੈ, ਇੰਸ਼ੋਰੈਂਸ ਪੂਰੀ ਹੈ, ਫੁੱਲ ਬਟਾ ਫੁੱਲ ਪਈ ਹੈ, ਸੈਂਟਰ ਲੋਕਿੰਗ ਕਾਰ ਨੂੰ ਲੱਗੀ ਵੀ ਹੈ ਜੀ, 65,000 ਚਲੀ ਵੀ ਹੈ, ਫਸਟ ਓਨਰ ਕਾਰ ਹੈ ਜੀ। ਠੀਕ ਹੈ ਵੀਰੇ, ਲਓ ਜੀ ਗੁਰਪ੍ਰੀਤ ਦਿਖਾ ਦੇ ਅੰਦਰੋਂ ਕਾਰ ਨੂੰ, ਜੇ ਕਿਸੇ ਦਾ ਬਜਟ ਬਾਈ ਥੋੜਾ ਹੈ ਕਾਰ ਦਾ ਹਨਾ ਬਾਈ, ਤਾਂ ਵਾਲੀ ਕਾਰ ਵੀ ਤੁਸੀਂ ਬਾਏ ਕਰ ਸਕਦੇ ਹੋਗੇ। ਇਹ ਰੇਟ ਵੀਰੇ, ਇਹ ਵੀਰੇ ਰੇਟ ਜੀ ਲਾਸਟ ਦੇਣੇ ਵਾਲਾ ਰੇਟ ਹੈ ਕਾਰ ਦਾ, ਲੱਗ ਜੂਗਾ ਜੀ 1,48,000 ਲੈ ਵੀ ਮਿੱਤਰ। ਹੁਣ ਗੁਰਪ੍ਰੀਤ ਕੈਮਰਾ ਘੁਮਾ ਦੇ ਇੱਧਰ ਨੂੰ,
ਇਹਦੇ ਨਾ ਤਾਂ ਪਾਵਰ ਵਿੰਡੋ ਹੈ, ਹਾਂਜੀ ਹਨਾ, ਬਿਲਕੁਲ ਬਿਲਕੁਲ, ਹਾਂ ਤੇ ਨਾ ਤਾਂ ਇਹਦਾ ਕੋਈ ਲਗਜ਼ਰੀ ਫੀਲਿੰਗ ਵਾਲੀ ਹੈਗੀ, ਫੀਲਿੰਗ ਹੈ ਹਾਂਜੀ, ਇਹ ਚ ਦੋ ਪਾਵਰ ਵਿੰਡੋ ਆ 2011 ਮਾਡਲ ਹੈ ਜੀ, ਹਾਂਜੀ ਹੈ, ਤੇ ਆਪਾਂ ਕਹਦੇ ਵੀ ਇਹ ਚ 5000 ਚੱਲੀਏ 65000 ਚੱਲੀਏ, ਆ ਫਿਰ ਵੀ ਲੋਹੇ ਵਿੱਚ ਦੇਖੋ ਫਰਕ ਕਿੰਨਾ, ਹਾਂ ਫਰਕ ਆ ਦੇਖ, ਫਰਕ ਦੇਖ ਲੋਹੇ ਵਾਂਗੇ ਕਿੰਨਾ ਜੀ, ਬਸ ਚੱਕ ਲਓ ਬਈ ਕਾਰ, ਜੇ ਕਿਸੇ ਭਰਾ ਨੇ ਕੋਈ ਕਾਰ ਲੈਣੀ ਹੈ ਨੰਬਰ ਸਕਰੀਨ 'ਤੇ ਪਾ ਦੇ, ਟ੍ਰਾਈ ਸਿਟੀ ਕਾਜ਼ ਮੋਹਾਲੀ ਸੈਕਟਰ 77, ਹਾਂਜੀ, ਸਤਿ ਸ਼੍ਰੀ ਅਕਾਲ।